ਇਹੋ ਜਿਹੇ ਬੰਦੇ ਨਾਲ ਮੇਰੀ ਗੁਫ਼ਤਗੂ ਹੀ ਕਦੇ ਨਹੀਂ ਹੋਈ ਜਿਹਨਾਂ ਨੂੰ ਅਜੇ ਤੱਕ ਨਾ ਪਿਓ ਨੂੰ ਸਮਝ ਆਇਆ ਦੀਨ, ਨਾ ਦਾਦੇ ਨੂੰ ਆਇਆ, ਨਾ ਘਰ ਚ ਦੀਨ ਦੀ ਕਦੀ ਗੱਲ ਕੀਤੀ। ਉਹ ਛੱਡੋ ਜੀ, ਐਵੇਂ ਮੌਲਵੀ ਲੱਗੇ ਰਹਿੰਦੇ ਨੇ। ਦੀਨ ਜੀਨ ਜਿਹੜਾ ਉਹ ਤਾਂ ਅਖਲਾਕ ਨਾਲ ਫੈਲਿਆ। ਜਾਓ ਨਾ ਮੋਦੀ ਨੂੰ ਅਖਲਾਕ ਸਿਖਾਓ, ਸਾਡੀਆਂ ਕੁੜੀਆਂ ਚੁੱਕ ਕੇ ਨਾ ਲੈ ਜਾ। ਜਾਓ ਮੋਦੀ ਨੂੰ ਜਾ ਕੇ ਅਖਲਾਕ ਸਿਖਾਓ, ਜਾਓ ਟਰੰਪ ਨੂੰ ਤੇ ਜਾ ਕੇ ਜਨਾਬ ਉਹ ਰੂਸੀ ਸਦਰ ਤੇ ਚਾਈਨਾ ਦੇ ਇਹਨਾਂ ਗਲੀਜ਼ਾਂ ਨੂੰ। 20 ਲੱਖ ਮੁਸਲਮਾਨ ਚਾਈਨਾ ਵਿੱਚ ਇਸ ਵੇਲੇ ਕੈਦ ਚ, 20 ਲੱਖ ਮੁਸਲਮਾਨ ਉੱਥੇ ਕੈਦ ਚ, ਤੇ ਹੋਰ ਜਿਹੜੀਆਂ ਉੱਥੇ ਚਾਈਨਾ ਗੱਲਾਂ ਹੋ ਰਹੀਆਂ ਉਹਨੂੰ ਤੇ ਬੱਚੇ ਬੈਠੇ ਨੇ, ਮੈਂ ਦੱਸਦਾ ਕੋਈ ਨਹੀਂ ਜਿਹੜੇ ਮੁਸਲਮਾਨਾਂ ਬੇਟੀਆਂ ਨਾਲੋਂ ਕਰਦੇ। ਚਾਈਨਾ ਸਭ ਤੋਂ ਬੜਾ ਦੋਸਤ ਹੈ ਇਨਕਾ, ਅੱਲਾ ਰਸੂਲ ਦਾ ਮੁਨਕਰ, ਇਹਨਾਂ ਦਾ ਯਾਰ ਕਿੱਥੋਂ ਬਣ ਗਿਆ ਮੌਲਾਨਾ? ਇੱਥੇ ਜਨਾਬ ਚਾਈਨਾ ਬੜੀ ਹਮਾਰੀ ਤਾਰੀਖੀ ਦੋਸਤੀ ਹੈ। ਦੱਸੋ ਨਾ ਉਹ 20 ਲੱਖ ਮੁਸਲਮਾਨਾਂ ਦਾ ਜੁਰਮ ਕਿਵੇਂ ਤੁਹਾਡਾ ਯਾਰ ਹੈ ਚਾਈਨਾ? ਉਹ ਕੀ ਜੁਰਮ ਹੈ ਉਹਨਾਂ ਦਾ? ਐਹੀ ਜੁਰਮ ਹੈ ਨਾ, ਲਾ ਇਲਾਹ ਇਲੱਲਾ ਮੁਹੰਮਦੁਰ ਰਸੂਲਲ੍ਲਾਹ ਪੜ੍ਹਦੇ। ਸਿਰਫ ਰੋਟੀ ਦੀ ਖਾਤਰ ਹੈ ਮੁਸਲਮਾਨ, ਬਸ ਰੋਟੀ ਦੀ ਖਾਤਰ ਜ਼ਿੰਦਾ ਹੈ। ਜਿੱਥੇ ਨੂੰ 4 ਰੁਪਏ ਲੱਭ ਜਾਣ ਜਨਾਬ, ਇਹਦਾ ਦੀਨ ਵੀ ਹੋਏ ਤੇ ਇਮਾਨ ਵੀ ਹੋਏ ਤੇ ਸਭ ਕੁਝ ਇਸਦਮ ਹੀ ਹੋਏ। ਇਹਨਾਂ ਕਦੀ ਨਹੀਂ ਸੋਚਿਆ ਯਾਰ, ਜੇ ਸਹਾਬਾ ਦੀਨ ਵਾਸਤੇ ਐਡੇ ਵੱਡੇ ਵੱਡੇ ਕੰਮ ਕੀਤੇ, ਉਹਨਾਂ ਦੇ ਟੁਕੜੇ ਹੋਏ। ਹਾਂਜੀ, ਜੇ ਸਹਾਬਾ, ਜੇ ਰਸੂਲੁੱਲਾ ਨੂੰ ਲੋਕ ਇੱਥੇ ਪੱਥਰ ਮਾਰੇ, ਤੈਨੂੰ ਮੈਨੂੰ ਕਿਉਂ ਨਹੀਂ ਮਰਦੇ? ਇਸ ਵਾਸਤੇ ਕਿ ਸਹਾਬ ਗੱਲ ਕਦੀ ਕੀਤੀ ਹੀ ਨਹੀਂ। ਜਦੋਂ ਵੇਖਿਆ ਜਨਾਬ ਉਹ ਜਿਹੜਾ ਆਇਆ, ਆਵੇ ਹੀ ਆਵੇ, ਜਾਵੇ ਹੀ ਜਾਵੇ, ਕਿਉਂ ਨਹੀਂ ਦੀਨ ਨਾਲ ਤੁਸੀਂ ਖੜੇ ਹੁੰਦੇ? ਜਾਂ ਤਾਂ ਸਾਡੀ ਕੋਈ ਗੱਦਾਰੀ ਸਾਬਤ ਕਰੋ। ਅਸਾਂ ਕੰਡ ਲੱਗਣ ਦਿੱਤੀ ਕਿਸੇ ਨੂੰ? ਉੱਥੇ ਤਾਂ ਕਹਿੰਦੇ ਸਨ ਸਾਨੂੰ ਰਾਤੋ ਰਾਤ ਨੱਸ ਜਾਓ, ਬਚਾਓ ਜਾਨਾ। ਮੈਂ ਆਖਾਂ ਨਹੀਂ, ਹੁਣੀ ਤੇ ਚੱਸ ਆਣੀ। ਜਾਓ ਜੀ, ਪੀੜਾਂ ਹੋਰ ਤੇ ਫੱਕੀਆਂ ਹੋਰ, ਨਾਲੇ ਚੋਰ ਤੇ ਨਾਲੇ ਚੱਤਰ। ਮੇਰੀ ਵਾਲਦਾ ਮੈਨੂੰ, ਮੇਰੇ ਭਾਈ ਨੇ ਕੋਈ ਗੱਲ ਕੀਤੀ ਨਾ ਤੇ ਮੈਨੂੰ ਮੇਰੇ ਵਾਲਦਾ ਕਹਿੰਦੇ ਸਨ, ਪੁੱਤਰਾ ਉਹ ਉੱਠ ਤਾਂ ਰੋਨੇ, ਬੋਲਾ ਬੋਰੇ ਕਿਉਂ ਰੋਨੇ? ਇਹ ਤੁਹਾਨੂੰ ਸਮਝ ਨਹੀਂ ਆਣੀ ਇਹ ਗੱਲ। ਹਾਂ ਕਿਉਂ ਜੀ? ਹਾਂ, ਮੈਨੂੰ ਫਰਮਾਉਂਦੇ ਸਨ ਬਈ ਤੂੰ ਤਾਂ ਚਲੋ, ਇਹਨੂੰ ਕੀ ਹੋਇਆ? ਉੱਠ ਤਾਂ ਰੋਨੇ, ਬੋਲਾ ਬੋਰੇ ਕਿਉਂ ਰੋਨੇ? ਉੱਠ ਤਾਂ ਜਾਣਦੇ ਹੋ ਨਾ, ਉਹਨਾਂ ਉੱਤੇ ਬੋਰੇ ਰੱਖਦੇ ਨੇ ਸਮਾਨ ਵਿੱਚ, ਬੋਰੇ ਵਿੱਚ ਸਮਾਨ ਪਾਇਆ ਹੁੰਦਾ। ਫਰਮਾਇਆ ਉੱਠ ਤਾਂ ਰੋਨੇ, ਬੋਲਾ ਬੋਰੇ ਕਿਉਂ ਰੋਨੇ? ਵੀ ਹਾਂਜੀ, ਬੋਰੇ ਤਾਂ ਰੋਨੇ ਜੀ ਸਾਨੂੰ ਚੱਲਣ ਲੱਗੀਆਂ, ਟੱਕਰ ਲੱਗੀ ਦੀਵਾਰ ਦੀ, ਜਿਹੜੇ ਉੱਤੇ ਸਨ ਉੱਠਦੇ, ਤੇ ਬੋਲਾ ਉੱਠ ਕਿਉਂ ਨਾ ਰੋਏ ਜਿਹੜੇ ਬੋਰੇ ਚੁੱਕੀ ਆਉਂਦੇ ਸਨ? ਕਿਉਂ ਜੀ? ਉੱਠ ਤਾਂ ਰੋਨੇ, ਬੋਲਾ ਬੋਰੇ ਕਿਉਂ ਰੋਨੇ? ਜਾਣੀ ਜੀ ਸਾਨੂੰ ਚੱਲਣ ਲੱਗੀਆਂ, ਤੇ ਜਿਹੜਾ ਐਡਾ ਵਜ਼ਨ ਚੁੱਕੀ ਆਉਂਦੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਈ? ਤੁਸੀਂ ਘਰਾਂ 'ਚ ਸੁੱਤਿਆਂ ਸੁੱਤਿਆਂ ਤੁਹਾਨੂੰ ਬੜੀ ਤਕਲੀਫ ਹੋ ਗਈ, ਤੇ ਜਿਹਨਾਂ ਉੱਥੇ 12,000 ਸ਼ੈਲ ਖਾਧੇ। ਕਿਉਂ ਜੀ? ਠੰਡੀਆਂ ਵਾਵਾਂ ਉੱਥੇ ਜੱਲੀਆਂ ਸੀ, ਅਸੀਂ ਕੋਈ ਨਾ, ਤੁਸੀਂ ਕਿਹੜੀ ਗੱਲ ਤੋਂ ਪੈ ਰੋਂਦੇ ਹੋ ਸਾਡੇ ਖਿਲਾਫ? ਮਹਿੰਗਾਈ ਅਸੀਂ ਕੀਤੀ, ਅਸੀਂ ਤਾਂ ਲਾਹੌਰ 'ਚ ਐਡੀ ਵੱਡੀ ਕਾਨਫਰੰਸ ਕੀਤੀ, ਚੰਦੇ ਦਾ ਐਲਾਨ ਕੀਤਾ ਜੀ, ਕਿਸੇ ਕੋਲ ਦਰਵਾਜ਼ੇ ਤੇ ਗਏ ਆ, ਅਸੀਂ ਕੋਈ ਗਲੀ ਗਲੀ ਫਿਰਿਆ? ਨਾ ਨਾ, ਕੌਣ ਦੇਤਾ ਹੈ ਦੇਣੇ ਕੋ ਮੂੰਹ ਚਾਹੀਏ, ਦੇਣੇ ਵਾਲਾ ਹੈ ਸੱਚਾ। ਅਸੀਂ ਇਲੈਕਸ਼ਨ ਵੀ ਬਗੈਰ ਚੰਦੇ ਤੋਂ ਲੜਿਆ। ਇਹ ਹੀ ਤਾਂ ਦਰਦਨ ਪੀੜਾਂ ਹੋਰ ਤੇ ਫੱਕੀਆਂ ਹੋਰ, ਕਰੋੜਾਂ ਕਰੋੜਾਂ ਰੁਪਏ ਲੋਕ ਆਪਣੀ ਪਾਰਟੀ ਉਹਨਾਂ ਕੋਲ ਜਨਾਬ ਫੰਡ ਲੈਂਦੇ ਸਨ। ਪੂਰੇ ਪਾਕਿਸਤਾਨ 560 ਬੰਦਾ ਸੀ ਖੜਾ ਕੀਤਾ, ਮੈਂ 1 ਰੁਪਏ ਵੀ ਕਿਸੇ ਕੋਲੋਂ ਨਹੀਂ ਲਿਆ, ਪਾਰਟੀ ਫੰਡ ਵੀ ਨਹੀਂ ਲਿਆ। ਸ਼ਾਹ ਜੀ ਲਿਆ, ਹੋਰ ਇੱਥੇ ਕਿਹੜੇ MP MN ਬੈਠੇ? ਹਾਂ, ਇਹਨਾਂ ਕੋਲ ਅਸੀਂ ਰੁਪਈਆ ਵੀ ਕਦੀ ਕਿਸੇ? ਹਾਂਜੀ ਹਾਂਜੀ ਜਨਾਬ, ਤੁਸੀਂ MNA ਨਾਰੋਵਾਲ ਉਹਦੇ ਅਹਿਸਨ ਇਕਬਾਲ ਦੇ ਮੁਕਾਬਲੇ ਚ ਇਹਨਾਂ ਖੜੇ ਹੋਏ, ਦੱਸੋ ਜੀ ਰੁਪਈਆ ਲਿਆ? ਮੈਂ ਤਾਂ ਇਹਨਾਂ ਕੋਲ ਰੋਟੀ ਖਾਣ ਦਾ ਹੀ ਰਵਦਾਰ ਕੋਈ ਨਹੀਂ, ਬੈਠੋ। ਇਹ ਹੀ ਤਾਂ ਤਬਦੀਲੀ, ਇਹ ਤਬਦੀਲੀ ਸੀ, ਇਹ ਤਬਦੀਲੀ ਸੀ, ਇਹ ਤਬਦੀਲੀ ਨਹੀਂ ਕਿ ਬੰਦਾ 300 ਕਨਾਲ ਦੇ ਮਹੱਲੇ ਚ ਰਹਿੰਦਾ ਹੋਵੇ ਤੇ ਕਵੇ ਜੀ ਮੈਂ ਗਰੀਬੋ ਕੀ ਬਾਤੇ ਕਰਤਾ ਹੂੰ। ਗਰੀਬਾਂ ਦੀਆਂ ਗੱਲ ਮੈਂ ਕਰ ਸਕਦਾ ਜਿਹੜਾ 20 ਸਾਲ ਹੋਏ ਨੇ ਕਮਰੇ ਵਿੱਚ ਰਹਿ ਰਿਹਾ। ਹਾਂਜੀ, ਮੈਂ ਗੱਲ ਕਰ ਸਕਦਾ ਗਰੀਬ ਦੀ। 300 ਕਨਾਲ ਚ ਮਹੱਲਾ ਰਹਿਣ ਵਾਲਾ ਉਹਨੂੰ ਕੀ ਪਤਾ ਹੈ ਫੁੱਟਪਾਥ ਤੇ ਜਿਹੜਾ ਸੁੱਤਾ ਉਹ ਰਾਤ ਉਹਦੀ ਕਿਵੇਂ ਗੁਜ਼ਰੀ, ਜਾਂ ਜਿਹਦੇ ਕੋਲ ਪੈਸੇ ਨਹੀਂ ਸਨ ਪਿੰਡੋਂ ਪਿਓ ਚੁੱਕ ਕੇ ਲਿਆ ਬਿਮਾਰ, ਜਦੋਂ ਹਸਪਤਾਲ ਦੇ ਦਰਵਾਜ਼ੇ ਤੇ ਪਹੁੰਚਿਆ ਡਾਕਟਰ ਨੇ ਕਿਹਾ ਇਤਨੇ 1000 ਪੈਸਾ ਚਾਹੀਦਾ, ਉਹ ਕਹਿੰਦਾ ਇਤਨੇ 1000 ਆਉਂਦੇ ਤੇ ਮੈਂ ਗਰੀਬ ਹੁੰਦਾ। ਉਹਨੇ ਕਿਹਾ ਨਹੀਂ ਤਾਂ ਫਿਰ ਉਹ ਆਪਣਾ ਪਿਓ ਫਿਰ ਬਿਮਾਰ ਚੁੱਕ ਕੇ ਲੈ ਗਿਆ, ਉਹਨੂੰ ਕੀ ਪਤਾ ਗੁਰਬਤ ਕਿਸ ਚੀਜ਼ ਦਾ ਨਾਂ ਹੈ।